ਦੇਖੋ ਪੰਜਾਬ ਚੈਨਲ ਤੇ ਤੁਹਾਨੂੰ ਸਭ ਨੂੰ ਇੱਕ ਵਾਰੀ ਫੇਰ ਜੀਆ ਨੂੰ ਆਖ ਰਿਹਾ ਜੀ ਜਿਉਂਦੇ ਹੱਸਦੇ ਵਸਦੇ ਰਹੋ ਤੇ ਰੱਬ ਸੋਹਣਾ ਆਪਣੀ ਅਰਾਮਤਾ ਬਣਾਈ ਰੱਖੇ ਤੁਹਾਡੇ ਸਭ ਤੇ ਜੀ। ਲਓ ਜੀ ਅੱਜ ਇੱਕ ਟੋਟਕਾ ਜਿਹੜਾ ਨਾ ਉਹ ਕਾਫੀ ਲੋਕੀ ਪੁੱਛ ਰਹੇ ਨੇ ਤੇ ਉਹ ਤੁਹਾਨੂੰ ਅਸੀਂ ਦੱਸ ਦਿੰਨੇ ਆ। ਉਹ ਟੋਟਕਾ ਹੈ ਜੀ ਕਿ ਜਿਨ੍ਹਾਂ ਦੇ ਬੱਚਿਆਂ ਦੇ ਜਾਂ ਸਿਆਣਿਆਂ ਦੇ ਮੂੰਹ ਚੋਂ ਰਾਲਾਂ ਵਗਦੀਆਂ ਰਹਿੰਦੀਆਂ, ਖਾਸ ਕਰ ਜਦੋਂ ਸਵੇਰ ਉਹ ਸੁੱਤੇ ਉੱਠਦੇ ਨੇ ਨਾ ਤੇ ਉਹਨਾਂ ਦੇ ਰਾਲਾਂ ਜਿਹੜੀਆਂ ਨਾ ਉਹ ਸਾਈਡਾਂ ਤੇ ਨਿਸ਼ਾਨ ਬਣ ਗਏ ਹੁੰਦੇ ਨੇ ਰਾਲਾਂ ਵਗ ਵਗ ਕੇ। ਉਹਦਾ ਤੁਹਾਨੂੰ ਆਸਾਨ ਜਿਹਾ ਟੋਟਕਾ ਦੇਣੇ ਆ ਕਿ ਤੁਸੀਂ ਉਹ ਕਰੋਗੇ ਨਾ ਤੇ ਰੱਬ ਮਿਹਰ ਕਰ ਦੇਗਾ ਕਿ ਉਹ ਰਾਲਾਂ ਵਗਣੀਆਂ ਤੁਹਾਡੇ ਮੂੰਹ ਚੋਂ ਹਟ ਜਾਣਗੀਆਂ। ਅੱਛਾ ਉਹ ਟੋਟਕਾ ਇਹ ਵੇ ਜੀ ਕਿ ਇਹ ਸਾਰਾ ਕੰਮ ਹੁੰਦਾ ਬਾਈਬਾ ਦੀ ਵਜ੍ਹਾ ਤੋਂ। ਜਿਹੜੇ ਤੁਸੀਂ ਕਿ ਉਬਾਲਵੇਂ ਚੌਲ ਖਾਂਦੇ ਹੋ ਚਿੱਟੇ ਚੌਲ, ਫਿਰ ਤੁਸੀਂ ਗੋਭੀ ਜ਼ਿਆਦਾ ਖਾਂਦੇ ਹੋ ਜਾਂ ਇੰਝ ਦੀਆਂ ਚੀਜ਼ਾਂ ਆਲੂ ਤੁਸੀਂ ਖਾਂਦੇ ਹੋ, ਹਾਂਜੀ ਉਹਦੇ ਨਾਲ ਬਾਈਬਾਦੀ ਹੋ ਜਾਂਦੀ ਹੈ ਜਿਹਦੀ ਵਜ੍ਹਾ ਤੋਂ ਜਿਹੜਾ ਨਾ ਰਾਲਾਂ ਤੁਹਾਡੀ ਵਗਦੀਆਂ। ਪਹਿਲੇ ਤਾਂ ਤੁਸੀਂ ਇਹ ਚੀਜ਼ਾਂ ਥੋੜ੍ਹੀਆਂ ਘੱਟ ਖਾਓ, ਅਗਰ ਇਹ ਖਾਣੀਆਂ ਨੇ ਤਾਂ ਫਿਰ ਤੁਹਾਨੂੰ ਦੱਸਦੇ ਨੇ ਕਿ ਤੁਸੀਂ ਕੀ ਕਰੋ ਕਰਨਾ। ਤੁਸੀਂ ਇਸ ਤਰ੍ਹਾਂ ਜੀ ਕਿ ਰਾਲਾਂ ਦਾ ਆਸਾਨ ਹੱਲ ਜੇ ਟੋਟਕਾ ਤੁਹਾਨੂੰ ਦੱਸਦੇ ਆ, ਉਹ ਵੀ ਤੁਸੀਂ ਸਾਲਣ ਬਣਾ ਕੇ ਉਹਦਾ ਖਾਣਾ ਹੈ ਜੀ ਤੇ ਰੋਜ਼ ਤੁਸੀਂ ਖਾਂਦੇ ਵੀ ਹੈ। ਤੁਸੀਂ ਥੋਮ ਲੈਣਾ, ਥੋਮ ਦੀ ਕੜੀ ਬਣਾ ਕੇ ਨਾ ਜਿਵੇਂ ਸਾਲਣ ਬਣਾਈਦਾ, ਥੋਮ ਤੁਸੀਂ ਛਿੱਲਣਾ ਨਾ ਇਹ ਕੌਲੀ ਇੱਕ, ਉਹਨੂੰ ਉਹਦੀ ਤੁਸੀਂ ਹਾਂਡੀ ਬਣਾਉਣੀ ਜਿਵੇਂ ਆਮ ਮਸਾਲੇ ਸਾਰੇ ਵਿੱਚ ਪਾਈਦੇ ਨੇ ਹਾਂਡੀ ਬਣਾਉਣੀ ਉਹਦੀ, ਠੀਕ ਛੋਰੇ ਵਾਲੀ ਤੁਸੀਂ ਉਹ ਕੜੀ ਬਣਾ ਕੇ ਥੋਮ ਦੀ ਕੜੀ ਉਹ ਤੁਸੀਂ ਖਾਓ ਤੇ ਵੇਖਣਾ ਕਿ ਤੁਹਾਡੇ ਜਿਸਮ 'ਚ ਜਿਹੜਾ ਵੈਸੇ ਵੀ ਜਿਹੜੀ ਬਾਈਬਾਦੀ ਹੋ ਗਈ ਹੈ ਨਾ ਉਹ ਬਾਈਬਾਦੀ ਦੀ ਵਜ੍ਹਾ ਤੋਂ ਫਿਰ ਐਸਾ ਹੁੰਦਾ ਕਿ ਸਰਦੀਆਂ 'ਚ ਉਂਝ ਵੀ ਜੋੜਾਂ ਨੂੰ ਪੀੜਾਂ ਹੋਣ ਲੱਗ ਪੈਂਦੀਆਂ, ਇਹ ਵੀ ਖਤਮ ਹੋ ਜਾਣਗੀਆਂ ਤੇ ਤੁਹਾਡੀਆਂ ਜਿਹੜੇ ਰਾਲਾਂ ਵਗਦੀਆਂ ਨੇ ਇਹ ਵੀ ਇਨਸ਼ਾਅੱਲਾ ਤਾਲਾ ਬਿਲਕੁਲ ਖਤਮ ਹੋ ਜਾਣਗੀਆਂ, ਰਾਲਾਂ ਨਹੀਂ ਤੁਹਾਡੇ ਮੂੰਹ 'ਚ ਵਗਣਗੀਆਂ, ਠੀਕ ਹੈ। ਇਹ ਤੁਸੀਂ ਥੋਮ ਦੀ ਲਸਣ ਦੀ ਜਿਹੜੀ ਹੈ ਨਾ ਕੜੀ ਬਣਾ ਕੇ ਜ਼ਰੂਰ ਖਾਓ ਤੇ ਵੇਖਿਓ, ਵੈਸੇ ਵੀ ਬਹੁਤ ਮਜ਼ੇਦਾਰ ਹੁੰਦੀ ਹੈ, ਅਸੀਂ ਤੇ ਖਾਂਦੇ ਰਹਿੰਦੇ ਹਾਂ ਨਾ, ਬਹੁਤ ਟੇਸਟੀ ਤੇ ਸਵਾਦੀ ਹੁੰਦੀ ਜਨਾਬ। ਤੇ ਤੁਸੀਂ ਕਰੋ, ਆ ਵੇਖਣਾ ਕਿ ਕਰਮ ਹੋ ਜਾਏਗਾ ਤੇ ਤੁਹਾਡੀ ਇਹ ਬਿਮਾਰੀ ਤੋਂ ਜਾਨ ਛੁੱਟ ਜਾਏਗੀ, ਠੀਕ ਹੈ। ਇਹਨੂੰ ਅੱਗੇ ਵੀ ਸ਼ੇਅਰ ਕਰੋ ਤਾਂ ਕਿ ਹੋਰ ਲੋਕਾਂ ਨੂੰ ਵੀ ਪਤਾ ਲੱਗੇ ਤੇ ਉਹ ਵੀ ਇਸ ਬਿਮਾਰੀ ਤੋਂ ਜਿਹੜਾ ਨਾ ਇਹ ਟੋਟਕਾ ਬਣਾਉਣ ਕਰਨ ਤੇ ਛੁਟਕਾਰਾ ਨਿਜਾਤ ਮਿਲ ਜਾਏ। ਅੱਛਾ ਜੀ, ਤੇ ਸਾਨੂੰ ਦੀ ਇਜਾਜ਼ਤ, ਆਪਣਾ ਬਹੁਤ ਸਾਰਾ ਖਿਆਲ ਰੱਖੋ ਜੀ, ਰੱਬ ਰੱਖ।